समान लैन गया थी कहती तीवी छेड़न गया थी। मां मेरे सालकनी दे तन्न मारू मैं कदो छेड़ दंदे तीवी नु। मेरी सुन ले गल, रोब जाना मेरे तन्न मारे कर, मेरे लवे भी रड़का है, तीला तीला कर दू मार मार के किते होर हवा च फिरदा होवे। मैं तन्नू शर्म नहीं आने सारे पिंड च बेइज्जती करार खेत है। एडे एडे गोडे गोडे जिडे लांबे आंदे ने तेरे पुत्त दे, मैं दस की करा, मेरा तां मरन होया पिया है। लांबे आंदे ने? आहो नहीं, मेरे पुत्त ने किसे नु की कहता? मेरा पुत्त तां गंगा वर्गा है, किसे नु इक तां जोर नहीं कहंदा, ओही मजदे ने पुत्ते गवांडी। आहो गंगा वर्गा दिंदे जिहड़े ते सिंग लगे होए ने, ओह नहीं किसे नु दिंदे है। कि तेरी रुक चल, तेरे वर्गी और मैं मलंग ना होवे किसे थां दा, देख ता लै। ਹੋਰ ਨਾ ਪਾਲ ਜੇ ਤੈਨੂੰ ਕਿਹੜ ਹੋ ਜਵੇ ਤਾਂ ਹੋ ਜਵੇ ਜੇ ਲੋ ਹੋ ਪਾਲ ਜੇ ਸਸਰੀ ਕਾਲ ਪਰਜਾਈ ਨਾ ਸਸਰੀ ਕਾਲ ਤਾਂ ਠੀਕ ਹੈ, ਰੁੜ ਜਾਣਾ ਤੇਰੀ ਮੈਂ ਪਰਜਾਈ ਲੱਗਦੀਆਂ, ਚਾਚੀ ਲੱਗਦੀਆਂ ਤੇਰੀ। ਉਹ ਚਾਚੀ ਉਹ ਮੇਰੇ ਤਾਂ ਗੇਬੋ ਮੂੰਹ ਤੇ ਚੜ ਰਹੀ, ਉਹਨੂੰ ਪਰਜਾਈ ਪਰਜਾਈ ਕਹਿਣਾ ਪੈਂਦਾ ਜਾਚੀ। ਆਹੋ ਚੜਨੀ ਹੈ, ਉਹੀ ਮਾਰਦੀ ਹੁਣੀ ਤੇਰੇ ਨਾਲ ਮਿੱਠੀਆਂ, ਤੇਰਾ ਬਾਪ ਮੇਰਾ ਜੇਠ ਲੱਗਦਾ, ਜੁੱਤੀਆਂ ਨਾ ਖਾ ਲਈ ਮੇਰੇ ਤੋਂ ਕਿਤੇ ਹੋਰ। ਚਲੋ ਹੋਰ ਤਾਂ ਗੱਲਾਂ ਛੱਡ ਕੇ ਆਉਂ, ਅੱਜ ਤੜਕੀ ਕਿਵੇਂ ਰੜੀ ਪਈਆਂ ਹੈ, ਮੇਰੀ ਗੱਲ ਸੁਣ। ਤੇ ਚਾਚੇ ਨੇ ਖੱਲੀ ਹੱਥ ਲਾ ਕੇ ਦਿਖਾਵੇ ਚਾਚਾ, ਇੰਨੀ ਹਿੰਮਤ ਨਹੀਂ ਹੈਗੀ ਚਾਚੇ ਦੀ, ਸਾਰਾ ਦਿਨ ਘਰੇ ਕੰਮ ਕਰਦੀਆਂ, ਉਹੀ ਛੇਤਰ ਖਾਈ ਜਾਵਾਂ। ਮੈਂ ਕਿਹੜਾ ਤੇਰੀ ਮਾਂ ਵਾਂਗੂ ਆ ਵੀ ਘਰੇ ਡੱਕਾਂ ਨਹੀਂ ਤੋੜਦੀ ਕੰਮ ਦਾ। ਮੇਰੀ ਗੱਲ ਸੁਣਦਾ ਚਾਚੀ, ਤੂਰੇ ਝਾੜੂ ਲਾਈ ਜਾਂਦੀ ਹੈਗੀ, ਉਧਰ ਚਾਚਾ ਝਾੜੂ ਖਾਈ ਜਾਂਦਾਗਾ। ਵੇ ਕੀ ਕਹੀ ਜਾਂਦਾ? ਉਹ ਜਿਹੜਾ ਤੇਜੀ ਬਲੇਕੇ ਨਹੀਂ ਹੈਗਾ, ਜਦੋਂ ਉਹ ਘਰੇ ਨਹੀਂ ਹੁੰਦਾ ਹੀਗਾ, ਚਾਚਾ ਸਰਕਾਰੀ ਸਾਂਢ ਵਾਂਗੂ ਅੰਦਰ ਵੜ ਜਾਂਦਾ ਹੀਗਾ, ਹੈ ਫਿਰ ਅਗਲੇ ਨੇ ਝੰਮ ਤੱਜ ਖੱਲਿਆ ਪੂਰਾ। ਤੂੰ ਜਾਣ ਦੇਵੇ ਇਹ ਗੱਲਾਂ ਨਹੀਂ, ਕਿਸੇ ਹੋਰ ਲਵੇ ਕਰੀ ਜਾ ਕੇ, ਕੋਈ ਨਾ ਸੱਚੇ ਸੁੱਚੇ ਬੰਦੇ ਦੇ ਇਲਜ਼ਾਮ ਲਾਇਆ ਕਰਨ ਵਾਲੇ। ਲੈ ਵੱਡਾ ਸੱਚਾ ਉਹ, ਮੇਰੀ ਗੱਲ ਸੁਣਾ, ਮੈਨੇ ਕੀ ਲੈਣਾ ਝੂਠ ਬੋਲ ਕੇ, ਸੱਚਾ ਕਹਿਣਾ ਮੈਂ ਤਾਂ। ਵੇ ਤੈਨੂੰ ਮੈਂ ਜਾਣਦੀ ਆ, ਤੂੰ ਤਾਂ ਕਦੇ ਪਿੰਡ ਦੀ ਇਧਰਲੀ ਗੱਲ ਇਧਰ ਕਰਤੀ, ਇਧਰਲੀ ਗੱਲ ਇਧਰ ਕਰਤੀ, ਤੇਰੇ ਲਵੇ ਇਹੀ ਕੰਮ ਹੈ, ਹੋਰ ਤਾਂ ਤੈਨੂੰ ਕੰਮ ਹੈ ਨਹੀਂਗਾ। ਤੇਰੀ ਮਾਂ ਨੇ ਤੈਨੂੰ ਚੱਜ ਦੇ ਕਿਤੇ ਤਾਂ ਲਾਇਆ ਨਹੀਂ ਹੈਗਾ, ਇਹੀ ਕੰਮ ਜੋਗਾ ਰੱਖ ਰੱਖਿਆ। ਉਹ ਮੇਰੀ ਗੱਲ ਸੁਣਦਾ ਚਾਚੀ, ਹੈ ਹੁਣ ਤੂੰ ਐਂ ਕਦੋਂ ਕਹਾਉਣੀ ਹੈਗੀ ਬੰਦਾ ਸਾਬਤ, ਤੂੰ ਮੈਨੂੰ ਝੂਠਾ ਕਹਿੰਦੀ ਆ ਵੀ ਝੂਠਾ ਬੋਲਦਾ। ਮੇਰੀ ਗੱਲ ਸੁਣਦਾ, ਮੇਰੇ ਤੇ ਗੱਲ ਤੇ ਯਕੀਨ ਕਰ, ਤੂੰ ਸੱਚੀ ਖੱਲਿਆ ਹੋ ਤਾਂ ਇੰਜਣ ਬੰਨਦਾ ਪੂਰਾ। ਵੇ ਤੂੰ ਜਾਣ ਦੇ ਮਰ ਗਿਆ ਉਹਦਾ ਇੰਜਣ ਬੰਨਣ ਆਏ, ਮੇਰੇ ਲਈ ਵੱਧ ਘੱਟ ਜਿੰਨਾ ਬੋਲ ਬਗਦੇ ਰ, ਮੇਰੇ ਦਿਮਾਗ ਨਾਲ ਕੰਮ ਕਰ ਲੈਂਦੇ ਬਣੀ। ਇਹੀ ਸੱਚੀ ਸਵਿੱਤਰੀ ਬਣੀ ਫਿਰਦੀ ਆ, ਮੇਰੀ ਗੱਲ ਸੁਣ ਲਾ, ਜੇ ਹੁਣ ਇੱਕ ਅੱਧੀ ਹੋਰ ਛੇੜਦੀ ਫੇਰ ਯਕੀਨ ਕਰੇਗੀ। ਨਾ ਕਿਹਨੂੰ ਕਹਣਾ ਸੱਚੀ ਸਵਿੱਤਰੀ, ਰੁਕ ਚਲ, ਤੇਰੇ ਵਰਗੀ ਔਰ ਮੈਂ ਮਲੰਗ ਨਾ ਹੋਵੇ ਕਿਸੇ ਥਾਂ ਦਾ, ਦੇਖ ਤਾਂ ਲੈ। ਮੈਂ ਮਰ ਜਾ ਕਿਤੇ, ਗੱਲ ਸੱਚੀ ਤਾਂ ਨਹੀਂ ਹੈਗੀ, ਹਰਾਮੀ ਇਹਦੇ ਵੀ ਕਿਹੜਾ ਪੱਚਦੀ ਤਾਂ ਸਾਰੇ ਪਿੰਡ ਚ ਰੁੜ ਜਾਣਾ, ਟੋਲ ਬਜਾ ਦੂਗਾ। ਚੱਲ ਕੋਈ ਨਾ, ਘਰੇ ਤਾਂ ਬੜੂਗੀ ਆ ਕੇ, ਆ ਜਾਣ ਦੇ, ਫਿਰ ਪੁੱਛਦੇ ਆ ਵੀ ਕੀ ਗੱਲ ਹੋਈ ਆ। ਪਰ ਗੱਲ ਤਾਂ ਮੈਨੂੰ ਝੂਠ ਲੱਗਦੀ ਹੈ, ਮੈਂ ਨਹੀਂ ਯਕੀਨ ਕਰਦੀ ਹੈਗੀ, ਮੇਰਾ ਬੰਦਾ ਇੰਨਾ ਮਾੜਾ ਨਹੀਂ ਹੈਗਾ ਜਿੰਨਾ ਜੈਰੋ ਚੂਹੇ ਜਿਹੇ ਨੇ ਬਣਾਤਾ। ਆ ਜਾਣ ਦੇ ਪੁੱਛਦੀਆਂ ਨੂੰ। ਆਏ ਮੇਰੇ ਸਾਲਕਣ ਦੇ ਹਰਮਨ ਨੇ ਦੇ ਦੇ ਪੰਪ ਪੁੜੇ ਘਟਾਤੇ, ਅਖੇ ਕਹਿੰਦਾ ਤੈਨੂੰ ਪਿਆਰ ਕਰਦੀ ਆ, ਤੈਨੂੰ ਪੁੱਛਦੀ ਹੈਗੀ ਵੀ ਮੇਰਿਆ ਸਾਲਕਣਿਆ, ਮੈਂ ਤਾਂ ਮਾੜਾ ਜਿਹਾ ਹੱਥੇ ਫੜਿਆ ਸੀਗਾ, ਮੇਰੇ ਸਾਲਕਣ ਦੀ ਇੰਨੇ ਚੀ ਖਾਊ ਵੱਡੂ ਲੱਗ ਗਈ ਕਰਨਾ। ਲੈ ਬੋਲਿਆ ਘਰ ਆ ਗਿਆ, ਮੇਰਾ ਸਾਲਿਆ ਹਾਲਤ ਸਹੀ ਕਰ ਲੱਭਦੀ, ਜੇ ਉਹਨੂੰ ਪਤਾ ਲੱਗ ਗਿਆ ਚੜੇਲ ਨੂੰ ਸੌ ਸੌ ਕੁਛ ਬੋਲੂਗੀ ਉਹ, ਹੈਂ ਸ਼ੱਕ ਕਰੂਗੀ ਵੀ ਕਿੱਥੋਂ ਕੁੱਟ ਖਾ ਗਿਆ, ਕੁਛ ਮਰਜ਼ੀ ਹੋ ਜੇ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਆਪਣੇ ਕੁੱਟ ਪਈ ਹੋਈ ਹੈਗੀ। ਲੈ ਹੁਣ ਫਿੱਟ ਹੋ ਕੇ ਜਾਣਾ, ਮੇਰੇ ਸਾਲਕਣ ਨੇ ਬੱਖੀਆਂ ਦੁਖਣ ਲੱਗ ਪਈਆਂ। ਮਸਾਂ ਕੰਮ ਨਿਬੇੜਿਆ, ਐਂ ਕਿਹਾ ਤੀ ਉਦੋਂ ਵੀ ਉਰੇ ਵੀ ਤਾਂ ਇੱਟਾਂ ਲਵਾਈਆਂ ਨੇ, ਚਾਰ ਉਰੇ ਲਵਾ ਦੇ, ਉਰੇ ਰੇਤੇ ਚ ਮੱਥਾ ਮਾਰਨਾ ਪੈਂਦਾ ਮੈਨੂੰ। ਇਹ ਕੱਲੀ ਫੁੱਟ ਫੁੱਟ ਕਰੀ ਜਾਂਦੀ ਹੈ। ਆ ਗਈਆਂ ਸਰਕਾਰਾਂ ਫਿਰ? ਹੈ ਆ ਗਿਆ ਨਾ, ਕੀ ਹੋ ਗਿਆ ਜੇ ਤੁਰੇ ਆਉਣਾ? ਹੋਣਾ ਕੀ ਆ, ਮੈਂ ਤਾਂ ਲੰਘਿਆ ਜਾਂਦਾ ਸੀਗਾ, ਮੇਰੇ ਸਾਲਕਣ ਦੀ ਬੈੜੀ ਮੂਰੇ ਆ ਗਈ, ਮੇਰੇ ਤਾਂ ਸੱਟ ਮਾਰੀ ਉਹਨੇ। ਅੱਛਾ ਤੂੰ ਬੈੜੀ ਚ ਵੱਜਿਆ ਕਿ ਬੈੜੀ ਤੇਰੇ ਚ ਵੱਜੀ? ਉਹ ਬੈੜੀ ਮੇਰੇ ਚ ਵੱਜੀ ਆ, ਮੈਂ ਬੈੜੀ ਚ ਕਿਵੇਂ ਵੱਜੂਗਾ? ਅੱਛਾ ਹੁਣ ਤੱਕ ਤਾਂ ਮੈਂ ਸੁਣਿਆ ਸੀ ਵੀ ਗੱਡੀਆਂ ਮੋਟਰਸਾਈਕਲ ਕਾਰਾਂ ਬੱਸਾਂ ਟਰੱਕਾਂ ਚ ਬੈੜੀਆਂ ਵੱਜਦੀਆਂ ਨੇ, ਹੁਣ ਬੰਦਿਆਂ ਚ ਵੀ ਬੈੜੀਆਂ ਵੱਜਣ ਲੱਗ ਗਈਆਂ। ਬੰਦਿਆਂ ਚ ਵੀ ਵੱਜਣ ਲੱਗ ਗਈਆਂ? ਉਹ ਹੁਣ ਐ ਦੱਸ ਫਿਰ, ਮੇਰਾ ਕੀ ਕਸੂਰ ਆ, ਭੱਜੀ ਆਉਂਦੀ ਜਿੱਧਰੋਂ ਬੈੜੀ ਆ ਕੇ ਵਿੱਚ ਵੱਜੀ, ਸਿੱਧੀ ਟੱਕਰ ਮਾਰੀ ਮੇਰੇ ਤਾਂ ਉਹਨੇ। ਹੈ ਬੇ ਕਿਤੇ ਬੈੜੀ ਨੇ ਪੈਗ ਪੁੱਗ ਤਾਂ ਨਹੀਂ ਲਾ ਰੱਖਿਆ, ਜਾਂ ਕਿਤੇ ਉਹਦੀ ਨਿਗਾਹ ਨਾ ਘੱਟ ਹੋਵੇ। ਉਹ ਹੋਰ ਹੀ ਮਾਰੀ ਜਾਂਦੀਆਂ ਕੀ ਗੱਲਾਂ, ਹੋਰ ਹੀ ਮਾਰੀ ਜਾਂਦੀ ਐ। ਜਿਹੜਾ ਹਾਦਸਾ ਤੇਰੇ ਨਾਲ ਵਾਪਰਿਆ ਨਾ, ਉਹ ਦੱਸ ਵੀ ਕੀ ਹੋਇਆ, ਬੋਈ ਨਹੀਂ ਹੈਗੀ ਇੰਨੀ ਮੈਂ ਜਿੰਨੀ ਤੂੰ ਮੈਨੂੰ ਬਣਾ ਰੱਖਿਆ। ਨਾ ਕਿਹੜਾ ਹਾਦਸਾ ਹੈ? ਅੱਛਾ ਮੈਨੂੰ ਪਤੀ ਨਹੀਂ ਹੈਗਾ, ਤੂੰ ਘਰੋਂ ਮੰਗਰੋਂ ਆਇਆ, ਪਹਿਲਾਂ ਖਬਰ ਆ ਗਈ ਘਰੇ, ਨਾ ਕੀ ਤਾਂ ਜੁੱਤੀਆਂ ਖਾ ਕੇ ਆਇਆ? ਨਾ ਜੁੱਤੀਆਂ ਖਾਣ ਨੂੰ ਮੈਂ ਜੁੱਤੀਆਂ ਖਾਂਦਾ ਫਿਰਦਾ ਹੈ? ਉਈ ਝੂਠ ਬੋਲੇ ਨੇ, ਸ਼ਰਮ ਕਰ ਲਿਆ ਕਰ, ਚਿੱਟੇ ਵਾਲ ਹੋ ਰਹੇ ਨੇ ਧੌਲੇ ਝਾਟੇ ਵਾਲੀਏ। ਮੇਰੇ ਚਿੱਟੇ ਨੇ ਤੇਰੇ ਤਾਂ ਕਾਲੇ ਨਾ, ਦੇਖ ਲੈ ਡਾਈ ਕਰ ਕਰਕੇ ਜੈ ਖਾਂਦੇ ਨੇ, ਪੂਰੇ ਕਰਕੇ ਨੇ, ਜਾਣਦੀ ਆ ਤੈਨੂੰ ਮੈਂ 16 ਸਾਲ ਦੇ ਨੂੰ। ਨਾ ਉਹਨਾਂ ਨੇ ਕੀ ਲੈਣ ਗਿਆ ਸੀ ਬਲੈਕੀਆਂ ਦੇ? ਕਿਹੜੇ ਬਲੈਕੀਆਂ ਦੇ?
अच्छा हुन ना लिख के देवा तेनु ਨੇ ਉਹ ਤਾਂ ਮੈਂ ਸਮਾਨ ਲੈਣ ਗਿਆ ਸੀ ਉਹਨਾਂ ਦੇ ਅੱਛਾ ਸਮਾਨ ਲੈਣ ਗਿਆ ਸੀ ਕਿਉਂਦੀ ਤੀਵੀਂ ਨੂੰ ਛੇੜਨ ਗਿਆ ਸੀ ਮਾਂ ਮੇਰੇ ਸਾਲਕਣੀ ਦੇ ਤਨ ਮਾਰੂ ਮੈਂ ਕਦੋਂ ਛੇੜਦਾ ਸੀ ਤੀਵੀਂ ਨੂੰ ਮੇਰੀ ਸੁਣ ਲੈ ਗੱਲ ਰੋਬ ਜਾਣਾ ਮੇਰੇ ਤੇ ਮਾਰੇ ਕਰ ਮੇਰੇ ਲਵੇ ਵੀ ਰੜਕਾ ਤੀਲਾ ਤੀਲਾ ਕਰ ਦੂੰ ਮਾਰ ਮਾਰ ਕੇ ਕਿਤੇ ਹੋਰ ਹਵਾ ਚ ਫਿਰਦਾ ਹੋਵੇ ਵੇ ਤੈਨੂੰ ਸ਼ਰਮ ਨਹੀਂ ਆਉਂਦੀ ਸਾਰੇ ਪਿੰਡ ਚ ਬੇਇੱਜ਼ਤੀ ਕਰਾ ਰੱਖੀ ਹੈ ਤੈਂ ਮੈਂ ਕਾਹਦੇ ਚ ਬੇਇੱਜ਼ਤੀ ਕਰਾ ਦਿੱਤੀ ਮੈਂ ਅੱਛਾ ਇੱਜ਼ਤ ਹੈ ਇਹ ਲੋਕ ਮੈਨੂੰ ਘਰੇ ਆ ਕਹਿੰਦੇ ਨੇ ਕਿ ਤੇਰੇ ਬੰਦੇ ਨੇ ਉਹਨਾਂ ਨੇ ਤੀਵੀਂ ਛੇੜਤੀ ਬੰਨ ਲੈ ਤੂੰ ਨਸ਼ਾ ਖਾਣਾ ਚਲ ਦੁਨੀਆ ਖਾਂਦੀ ਤੂੰ ਕਿਹੜਾ ਕੱਲੀ ਖਾਣਾ ਤੂੰ ਲੈ ਕੇ ਭੜਾ ਆਪਦੀ ਰਿਸ਼ਕਿਆ ਕਰ ਤੂੰ ਉਹਨਾਂ ਦੇ ਘਰੇ ਕੀ ਕਰਦਾ ਨਾ ਜਦੋਂ ਘਰੇ ਨਹੀਂ ਹੁੰਦਾ ਤੀਵੀਂ ਕਰ ਤਾਂ ਛੇੜੀ ਆ ਮੈਂ ਤਾਂ ਉਹ ਘਰੇ ਵਗ ਗਿਆ ਸੀ ਉਹਨਾਂ ਦੇ ਹਾਂ ਉਹਨੂੰ ਗਲਤ ਫੈਮਿਲੀ ਹੋ ਗਈ ਉਹਦਾ ਉਹੀ ਮੈਂ ਫੈਮਿਲੀ ਫੈਮੀ ਹੁੰਦੀ ਆ ਘੱਟ ਫੈਮੀ ਨਹੀਂ ਚਲ ਜਿਹੜਾ ਵੀ ਕੁਝ ਹੁੰਦਾ ਹੈਗਾ ਉਹੀ ਆ ਮੈਂ ਤਾਂ ਉਹ ਗਿਆ ਸੀ ਉਹਨਾਂ ਦੇ ਘਰੇ ਮੈਨੂੰ ਕਿ ਹੁਣ ਸੁਖਣਾ ਆਉਂਦੀ ਵੀ ਉਹ ਘਰੇ ਨਹੀਂ ਹੈਗਾ ਅੱਛਾ ਆਪਣੇ ਬਥੇਰੇ ਆਉਂਦੇ ਨੇ ਕੰਮ ਧੰਦੇ ਬੰਦੇ ਆ ਨਾਲ ਦੇ ਗਵਾਂਢੀ ਵੀ ਆਉਂਦੇ ਨੇ ਇਧਰਲੇ ਵੀ ਆਉਂਦੇ ਨੇ ਆਪਣੇ ਦਾ ਘਰੇ ਕੋਈ ਜੁੱਤੀਆਂ ਖਾ ਕੇ ਕਦੇ ਗਿਆ ਨਹੀਂ ਤੇਰੀਆਂ ਹਰਕਤਾਂ ਮਾੜੀਆਂ ਨੇ ਜਾਣ ਦੇ ਤੇਰੀਆਂ ਕਰਤੂਤਾਂ ਮਾੜੀਆਂ ਨੇ ਨਹੀਂ ਮੇਰੇ ਸਾਲਕੇ ਦੀ ਤਾਂ ਉਹੀ ਸੌਹੇ ਕਰਖੀ ਹੈਗੀ ਵੀ ਤੜਕੇ ਤੋਂ ਲੈ ਕੇ ਹੱਥਾਂ ਤੱਕ ਘਰੇ ਲੜਾਈ ਕਰਨੀ ਹੈਗੀ ਕਦੇ ਕੋਈ ਹੋਰ ਵੀ ਕੰਮ ਕਰ ਲਿਆ ਕਰ ਹੋਰ ਵੀ ਕੰਮ ਕਰ ਲਿਆ ਕੋਈ ਨਾ ਤੇਰੀ ਮਾਂ ਨੂੰ ਆ ਜਾਣ ਦੇ ਉਹਨੂੰ ਦੱਸੂ ਤੇਰੀਆਂ ਕਰਤੂਤਾਂ ਵੀ ਮੇਰੇ ਤਾਂ ਰੁੱਝ ਜਾਣੇ ਨੇ ਨੱਕ 'ਚ ਦਮ ਕਰਖਿਆ ਕਿੱਥੇ ਪੱਲੇ ਪਿਆਤੀ ਮੇਰੇ ਹੇ ਧਰਿਆ ਉਰੇ ਕੰਮ ਤਾਂ ਡੱਕਾ ਨਹੀਂ ਤੋੜਦਾ ਇਹਨਾਂ ਨੂੰ ਪਾ ਦਿਆ ਕਰ ਪਾਣੀ ਪੂਰੀ ਕੱਖ ਕੁੱਖ ਪਾ ਦਿਆ ਕਰ ਮੇਰੇ ਸਾਲਕੇ ਦੀ ਗੱਲ ਸੁਣ ਲੈ ਹਲੇ ਕਹਿੰਦੀ ਮੈਂ ਬਾਹਰੇ ਜਾਣਾ ਲੋਕਾਂ ਦੇ ਘਰੇ ਤਾਂ ਜਦੋਂ ਮੰਗ ਰੋਣਾ ਪਹਿਲਾਂ ਵੱਡੂ ਖਾਂ ਕਰ ਲੱਗ ਜਾਂਦੇ ਆ ਜੇ ਤੂੰ ਮੈਨੂੰ ਦੋ ਬੋਲ ਘਰੇ ਪਿਆਰ ਦੇ ਬੋਲਿਆ ਕਰੇ ਮੈਂ ਕਿਉਂ ਬਾਹਰੇ ਜਾ ਮੈਂ ਐਡੀ ਦੂਰ ਹੈ ਦੁਨੀਆ 'ਚ ਟੱਕਰਾ ਮਾਰਦਾ ਗੱਲ ਤਾਂ ਤੇਰੀ ਸਹੀ ਹੈ ਤਾਂ ਇਹ ਸਲਾਹ ਮੈਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਵੇ ਤੂੰ ਘਰੇ ਮੰਗ ਰੋਣਾ ਪਹਿਲਾਂ ਤੇਰੀਆਂ ਕਰਤੂਤਾਂ ਦੇ ਲਾਂਬੇ ਘਰੇ ਆ ਜਾਂਦੇ ਨੇ ਕਿਹੜੇ ਮੂੰਹ ਨਾਲ ਤੇਰੇ ਪਿਆਰ ਨਾਲ ਬੋਲਾਂ ਤੇਰੇ ਨਾਲ ਮੈਂ ਆ ਜਾ ਕੰਮ ਧੰਦਾ ਕਰ ਲੈ ਕੋਈ ਕਿੱਥੇ ਦੁੱਖ ਦਿੱਤਾ ਬਿਮਾਰੀ ਪਾਣੇ ਨੇ ਬਿੰਗੇ ਜੇ ਨੇ ਤਪਾ ਕੇ ਮਾਰ ਰੱਖਿਆ ਜਮੀ ਰੋਟੀ ਦੇ ਦੇ ਹਾਂ ਦਿੰਦੀਆਂ ਪੂੜੇ ਆ ਜਾ ਆਲੂਆਂ ਦਿੰਦੀਆਂ ਲਾ ਕੇ ਭਾਲਦਾ ਰੋਟੀਆਂ ਇਹ ਲੈ ਦੇਖ ਲੈ ਮੈਸਾਂ ਥੱਲੇ ਮਣ ਮਣ ਗੋਹਾ ਖੰਡਿਆ ਪਿਆ ਮੌਜਾਂ ਨਾਲ ਉਹ ਪਈ ਹੈ ਲੰਮੀਆਂ ਤਾਣੀ ਜਦੋਂ ਮੈਂ ਘਰੇ ਨਹੀਂ ਹੁੰਦੀ ਇਹਨਾਂ ਨੂੰ ਫੋਰਾ ਡਰ ਨਹੀਂ ਰਹਿੰਦਾ ਲੈ ਦੇਖ ਲੈ ਮੌਜਾਂ ਨਾਲ ਸੁੱਤੀ ਪਈ ਹੈ ਹਜੇ 11 ਨਹੀਂ ਵੱਜੇ ਘਰਾੜੇ ਮਾਰਨ ਪਹਿਲਾਂ ਹੀ ਲੱਗ ਗਈ ਕੀ ਕਰਾਂ ਮੈਂ ਇਹਨਾਂ ਦਾ ਖੜੀ ਹੋ ਜਾ ਵੀਰਾ ਆ ਗਈ ਬੇਬੇ ਨਾ ਆਈ ਨਹੀਂ ਹਲਦਾ ਰਾਜੇ ਹੋ ਗਈਆਂ ਦੂਰੀ ਲੈ ਮੱਥਾ ਟੇਕਦੀਆਂ ਤਕੜੀਆਂ ਤਕੜੀ ਨੂੰ ਮੇਰੇ ਕੀ ਗੋਲੀ ਵੱਜੀ ਹੈ ਮੈਂ ਤਾਂ ਚੰਗੀ ਭਲੀ ਹਾਂ ਮੈਨੂੰ ਐਂ ਦੱਸ ਤੂੰ ਕਦੋਂ ਪੈ ਗਈ ਕੰਮ ਧੰਦਾ ਨਿਬੇੜ ਕੇ ਮੈਂ ਪੈ ਗਈ ਫਿਰ ਕੀ ਹੋ ਗਿਆ ਭੈਣ ਨਾਲ ਹੁਣ ਮਸਾਂ ਥੱਕ ਕੇ ਤਾਂ ਬੈਠੀ ਸੀ ਆ ਕੇ ਦੇਖ ਲੈ ਸ਼ਰਮ ਹੈਗੀ ਤੇਰੇ ਪੱਲੇ ਕਹਿੰਦੀ ਕੰਮ ਧੰਦਾ ਨਿਬੇੜ ਕੇ ਉਹ ਮੈਸਾਂ ਥੱਲੇ ਮਣ ਮਣ ਗੋਹਾ ਪਿਆ ਉਹ ਦੱਸ ਕੀ ਤੇਰਾ ਬਾਪ ਖਿੱਚੂਗਾ ਨਾਲੇ ਆਹ ਦੇਖ ਲੈ ਆਹ ਸਾਰਾ ਸੰਭਰ ਨਾਲ ਪਿਆ ਕੀ ਗੱਲ ਘੱਟ ਰੋਟੀਆਂ ਖਾ ਲਿਆ ਕਰ ਤੜਕੇ ਨੇਸਤੀ ਚੜ ਜਾਂਦੀ ਤੈਨੂੰ ਲੈ ਮੈਂ ਰੋਟੀਆਂ ਖਾਣੀਆਂ ਸਾਰੇ ਝਾੜੂ ਲਾਤਾ ਤੜਕੀ ਗੋਹਾ ਛੁੱਟ ਕੇ ਪੱਥ ਵੀ ਹੁਣ ਦੁਬਾਰੇ ਗੋਹਾ ਕਰਤਾ ਮੈਂ ਇਸ ਮਗਰ ਫੋੜਾ ਲੈ ਕੇ ਖੜੀ ਲਿਆ ਕਰ ਨਾ ਖੜੇ ਨਾ ਉਹ ਬੈਠਣਗੇ ਕਿ ਨਹੀਂ ਸਾਰਾ ਗੋਹਾ ਉਹਨੇ ਥੱਲੇ ਖਿੰਡਿਆ ਪਿਆ ਦੁੱਧ ਪੀਣ ਵਰਦਾ ਬਹਿ ਜਾਣੀ ਬਾਟਾ ਲਾ ਕੇ ਮੂੰਹ ਨੂੰ ਹੁਣ ਕਹਿੰਦੀ ਮੈਂ ਮਗਰ ਖੜੀ ਰਹਾ ਹੈ ਬਾਲਟੀ ਲੈ ਕੇ ਉਹਨੇ ਕੋਲ ਖੜਦੀ ਤੂੰ ਘਰ ਜਾਉਣ ਨੂੰ ਤੁਹਾਡੇ ਕਹਿੰਦਾ ਬੇਬੇ ਫਿਰ ਮੂੰਹ ਸੌਂਤੇ ਹੋਏ ਨੇ ਜੇ ਮੈਂ ਦੁੱਧ ਪੀਣੀ ਆ ਤੁਸੀਂ ਕਿਹੜਾ ਪੀਂਦੇ ਨਹੀਂ ਹੈਗੇ ਨਾਲੇ ਮੈਂ ਹੀ ਛਿੱਟਣਾ ਹੁੰਦਾ ਗੋਹਾ ਤੂੰ ਬਾਲਾਂ ਨਾ ਬੋਲ ਮੈਨੂੰ ਐਂ ਦੱਸ ਪਾਣੀ ਲੈ ਕੇ ਆਵਾਂ ਨਾ ਮੈਂ ਤਾਂ ਪਾਣੀ ਪੀਂਦੀ ਨਹੀਂ ਪੀਤਾ ਹੋਇਆ ਪਾਣੀ ਲੈ ਹਾਂ ਹੱਦ ਹੋ ਰਹੀ ਤੇਰੇ ਵਾਲੀ ਜਮੀ ਮੈਨੂੰ ਤਾਂ ਲੱਗਦਾ ਭਰਜਾਈ ਨਾਲ ਲੜ ਕੇ ਹੀ ਹੋਣੀ ਹੈ ਨਾ ਉਹੀ ਗੁੱਸਾ ਆ ਕੇ ਉਹਨੇ ਮੇਰੇ ਤੇ ਲਾਉਣ ਲੱਗ ਗਈ ਤੂੰ ਮੇਰਾ ਮਗਰਾ ਮੂਰਾ ਨਾ ਫੜਿਆ ਕਰ ਮੈਂ ਤੈਨੂੰ ਪੇਰਾ ਕਹਿੰਦਾ ਤਾਂ ਮੇਰੀ ਭਰਜਾਈ ਤੱਕ ਦੋਕੇ ਲੈਣੇ ਨੇ ਤੈਨੂੰ ਕੀ ਲੋੜ ਹੈ ਮੇਰੀ ਭਰਜਾਈ ਤੱਕ ਜਾਣ ਦੀ ਚਾਹੇ ਮੈਂ ਲੜ ਕੇ ਆਵਾਂ ਚਾਹੇ ਮੈਂ ਸੋਲਾ ਨਾਲ ਆਵਾਂ ਤੂੰ ਮੇਰੇ ਨਾਲ ਸੋਲਾ ਰੱਖ ਜਿਹੜੀ ਗੱਲ ਕਰਨੀ ਉਹ ਕਰ ਨਾ ਭਰਜਾਈ ਤੇ ਲੈਣਾ ਕਿਉਂ ਨਹੀਂ ਜੇ ਤੇਰੀ ਭਰਜਾਈ ਲੱਗਦੀ ਸਾਡੀ ਵੀ ਉਹ ਮਾਮੀ ਲੱਗਦੀ ਤੂੰ ਜਮੀ ਕਮਾਲ ਕਰਦੀ ਸਾਡੀ ਕਿਉਂ ਨਾ ਰਿਸ਼ਤੇਦਾਰੀ ਨਹੀਂ ਹੈਗੀ ਨਾ ਮੈਨੂੰ ਦੱਸ ਚੱਲ ਠੀਕ ਹੈ ਰਿਸ਼ਤੇਦਾਰ ਤਾਂ ਠੀਕ ਹੈ ਤੁਸੀਂ ਦੇਹੀ ਕਾਹਤੋਂ ਪੈ ਗਈ ਅੱਜ ਕੀ ਦੱਸਾਂ ਬੇਬੇ ਪਹਿਲਾਂ ਤਾਂ ਮੈਂ ਘਰ ਦਾ ਸਾਰਾ ਕੰਮ ਕਰਿਆ ਪਸ਼ੂ ਡੰਗਰ ਦਾ ਵੀ ਮੈਨੂੰ ਕਰਨਾ ਹੈ ਆ ਤੇਰਾ ਪੁੱਤ ਤਾਂ ਇੱਕ ਡੱਕਾ ਨਹੀਂ ਤੋੜਦਾ ਹੈਗਾ ਹੋਰ ਕੀ ਦੱਸਾਂ ਆਪ ਤਾਂ ਤੂੰ ਬਹਿ ਗਈ ਜਾ ਕੇ ਐਂ ਤਾਂ ਮੈਨੂੰ ਪੁੱਛਿਆ ਨਹੀਂ ਹੈਗਾ ਵੀ ਭਾਈ ਘਰੇ ਖੈਰ ਸੁੱਖਤੀ ਕਿਵੇਂ ਦਿਨ ਕੱਢੇ ਤੇ ਕਿਵੇਂ ਨਾ ਕੱਢੇ ਮੈਂ ਸਾਰਿਆਂ ਨੂੰ ਤੰਦਰੁਸਤ ਛੱਡ ਕੇ ਗਈ ਆ ਬਿਮਾਰ ਕਿਹੜਾ ਸੀ ਪਹਿਲਾਂ ਮੈਨੂੰ ਦੱਸ ਬੇਬੇ ਜੇ ਬਿਮਾਰ ਹੋਵਾਂਗੇ ਡਾਕਟਰ ਤੋਂ ਦਵਾਈ ਵੀ ਲਿਆਵਾਂਗੇ ਐਡੇ ਐਡੇ ਗੋਡੇ ਗੋਡੇ ਜਿੱਡੇ ਲਾਂਬੇ ਆਉਂਦੇ ਨੇ ਤੇਰੇ ਪੁੱਤ ਦੇ ਮੈਂ ਦੱਸ ਕੀ ਕਰਾਂ ਮੇਰਾ ਤਾਂ ਮਰਨ ਹੋਇਆ ਪਿਆ ਲਾਂਬੇ ਆਉਂਦੇ ਨੇ ਆਹੋ ਨਹੀਂ ਮੇਰੇ ਪੁੱਤ ਨੇ ਕਿਸੇ ਨੂੰ ਕੀ ਕਹਿਤਾ ਮੇਰਾ ਪੁੱਤ ਤਾਂ ਗੰਗਾ ਵਰਗਾ ਹੈ ਕਿਸੇ ਨੂੰ ਇੱਕ ਤਾਂ ਦੋ ਨਹੀਂ ਕਹਿੰਦਾ ਉਹੀ ਮੱਝਦੇ ਨੇ ਪੁੱਤੇ ਗਵਾਂਢੀ ਆਹੋ ਗੰਗਾ ਵਰਗਾ ਦਿੰਦਾ ਜਿਹੜਾ ਤੇ ਸਿੰਗ ਲੱਗੇ ਹੋਏ ਨੇ ਉਹ ਨਹੀਂ ਕਿਸੇ ਨੂੰ ਦਿੰਦੇ ਹੈਗੇ ਘਰੇ ਮੰਗਰੋਂ ਆਉਂਦਾ ਪਹਿਲਾਂ ਉਹਦਾ ਲਾਂਬਾ ਆ ਜਾਂਦਾ ਉਹ ਜਿਨ੍ਹਾਂ ਦਾ ਨਸ਼ਾ ਪਤਾ ਨਹੀਂ ਲੈਣ ਜਾਂਦਾ ਹੁੰਦਾ ਇਹ ਆਹੋ ਹਾਂ ਜਾਂਦਾ ਹੁੰਦਾ ਉਹਨਾਂ ਦਾ ਬੰਦਾ ਹੈ ਨਹੀਂ ਦੀ ਕਰੇ ਜਨਾਨੀ ਲਵੇ ਵਾਗਿਆ ਉਹਦੀ ਲਵੇ ਉਸ ਕਹਤਾ ਹੁਣ ਅਗਲੇ ਨੇ ਫੜ ਕੇ ਝੰਮਿਆ ਓਹੋ ਫਿਰ ਕੀ ਹੋ ਗਿਆ ਇਹ ਨਸ਼ਾ ਪਤਾ ਲੈਣ ਵਾਗੇ ਕਈ ਵਾਰੀ ਬੰਦੇ ਘਰੇ ਹੁੰਦੇ ਬੁੜੀਆਂ ਨੂੰ ਵੀ ਕਹਿ ਦਿੰਦਾ ਅਗਲਾ ਦੱਸ ਉਹਦੇ ਕੀ ਗੋਲੀ ਮਾਰਿਆ ਆ ਇਹ ਉਹੀ ਮੱਚਦੇ ਨੇ ਮੇਰੇ ਸਭ ਕੋਲ ਕੀ ਮੇਰੇ ਪੁੱਤ ਦੇ ਤਾਂ ਹਾਂ
ਕਾਨੂੰ ਮੱਚਦੀਆਂ ਨੇ ਬੇਬੇ ਹੁਣ ਆਪਣੇ ਵੀ ਤਾਂ ਬੰਦੇ ਘਰੇ ਕੰਮ ਧੰਦੇ ਆਉਂਦੇ ਨੇ ਆਪਾਂ ਕਿਹਦੇ ਨਾਲ ਕਿੰਨਾ ਕੁ ਜੂਲ ਦਿਆਂਗੇ ਕਿਹਦੇ ਨਾਲ ਕਿੰਨਾ ਕੁ ਲੜਦੇ ਆ ਜੇ ਅਗਲੀ ਦੀ ਜਨਾਨੀ ਨੂੰ ਪੁੱਠਾ ਸਿੱਧਾ ਬੋਲੇ ਤਾਂ ਅਗਲੇ ਨੇ ਖੱਲਾ ਫੜ ਕੇ ਨੂਰੀ ਫਿਰਦੀਆਂ ਨੇ ਜਿਵੇਂ ਤੂੰ ਤਾਂ ਮਾਰਦੀਆਂ ਕੁਛ ਨਹੀਂ ਕਹਿਣਾ ਮੇਰਾ ਪੁੱਤਾਂ ਕਿਸੇ ਨੂੰ ਐਡਾ ਹੋ ਗਿਆ ਅੱਜ ਤੱਕ ਮੈਂ ਤਾਂ ਕਿਸੇ ਨੂੰ ਕਹਿੰਦਾ ਕੋਈ ਸੁਣਿਆ ਨਹੀਂ ਲੰਬੇ ਰੇਣ ਵਾਲੇ ਮੇਰੇ ਮਗਰ ਹੀ ਆਉਂਦੇ ਨੇ ਮੇਰੇ ਹੁੰਦੇ ਤਾਂ ਕੋਈ ਕੰਜਰ ਆਉਂਦਾ ਨਹੀਂ ਕੋਈ ਨਾ ਜੇ ਹਾਲ ਰਹੇ ਤੇਰੇ ਹੁੰਦੇ ਵੀ ਆਜੂ ਫੇਰ ਦੇਖਾਂਗੇ ਤੂੰ ਕਿੰਨਾ ਕੁ ਰੋਕੇਂਗੀ ਨਾਲੇ ਮੈਨੂੰ ਐਂ ਦੱਸ ਜੇ ਤਾਂ ਮੈਨੂੰ ਫੋਨ ਕਰਿਆ ਸੀ ਵੀ ਮੈਂ ਆਉਂਗੀ ਮੈਨੂੰ ਕਿਹਾ ਮੈਂ ਜਾ ਕੇ ਬੇਬੇ ਨੂੰ ਅੱਡੇ ਤੋਂ ਚਾੜ ਲਿਆ ਉਧਰ ਤਾਂ ਗਿਆ ਨਹੀਂ ਹੈਗਾ ਪਤਾ ਨਹੀਂ ਕਿੱਥੇ ਤਾਂ ਗਿਆ ਕਿੱਥੇ ਨਾ ਕਹਿੰਦਾ ਮੇਰੇ ਤੇ ਤਾਂ ਬੈੜੀ ਵੱਜੀ ਡਿੰਗਾ ਡਿੰਗਾ ਆਉਂਦਾ ਘਰੇ ਆਉਂਦਾ ਉਹਦਾ ਗੱਲ ਮੈਂ ਕਹੀ ਨਹੀਂ ਵੀ ਚੱਲ ਕੋਈ ਨਹੀਂ ਭਾਈ ਚੱਲ ਆਜੂਗਾ ਮੈਂ ਮਗਰੋਂ ਪੁੱਛੂਗੀ ਮੈਂ ਮੈਨੂੰ ਲੈਣ ਕਿਉਂ ਨਹੀਂ ਗਿਆ ਇਹੋ ਜਿਹਾ ਕੰਮ ਕੀ ਹੋ ਗਿਆ ਉਹਨੂੰ ਚੱਲ ਕੋਈ ਨਾ ਉਦੋਂ ਪੁੱਛ ਲਈ ਉਹਨੂੰ ਮੈਂ ਚਾਹ ਲਿਆਉਣੀ ਆ ਤੂੰ ਤਾਂ ਉਹੀ ਹੋਰ ਹੀ ਲੱਗੀ ਗੱਲਾਂ ਜੀ ਚਾਹ ਨਾ ਕਿ ਤੂੰ ਮੈਨੂੰ ਕਿਤੇ ਬੁਕਣਾ ਨਾ ਕਰਕੇ ਦੇ ਦੇ ਅਨੁਸਾਰ ਲੜਾਈ ਵਿਢਲੀ ਫਲਾਣੇ ਦਾ ਲਾਂਬਾ ਤੇ ਮੇਰਾ ਲਾਂਬਾ ਡੱਕ ਦੀ ਝੋਲੀ ਮੇਰੀ ਅਨੁਸਾਰ ਗੱਲਾਂ ਨਾਲੇ ਨਾ ਹੋਰ ਕਿਹਨੂੰ ਦੱਸਾਂ ਜੇ ਤੈਨੂੰ ਨਹੀਂ ਦੱਸੂ ਫਿਰ ਜੇ ਗਮੰਡਣ ਲਵੇ ਜਾਊਂਗੀ ਕਹੀਂ ਚੱਕ ਚੁਗਲੀਆਂ ਕਰ ਦਿਓ ਤੂੰ ਵੀ ਨਹੀਂ ਮਾਨ ਆਏਗੀ ਕਿਸੇ ਪਾਸੇ ਐਂ ਗਮੰਡੀਆਂ ਨੇ ਕਿਵੇਂ ਵਗ ਜਾਏਗੀ ਲੱਤ ਵੀ ਤੋੜ ਦੂੰ ਗਮੰਡੀਆਂ ਨੇ ਨੂੰਹਾਂ ਮੇਰੇ ਕਿੰਨਾ ਕੰਮ ਦੀਆਂ ਨੇ ਵੀ ਤੂੰ ਵਗ ਜਾਏਗੀ ਚਾਹ ਨਹੀਂ ਪਾਣੀ ਨਹੀਂ ਕੌਣ ਸਾਰ ਕਲੇਸ਼ ਵਿੱਢ ਲਿਆ ਉਹ ਕੰਜਰ ਨੇ ਉਦੋਂ ਲਹੂ ਪੀ ਲਿਆ ਪਤਾ ਨਹੀਂ ਕਿਹਦੇ ਮਗਰੋਂ ਲਾਂਬੇ ਕੱਟੀ ਜਾਂਦਾ ਕਿਹਦੇ ਜਾਂਦਾ ਕਿਹਦੇ ਨਹੀਂ ਜਾਂਦਾ ਤਾਂ ਹੀ ਮੈਨੂੰ ਇਹਦੇ ਮੂਹਰੇ ਚੁੱਪ ਕਰਨਾ ਪੈਂਦਾ ਨਹੀਂ ਮੈਂ ਤਾਂ ਇਹਨੂੰ ਰੇਲ ਬਣਾ ਦਿਆਂ ਇਹਦੀ ਦੱਸ ਮੈਂ ਬਗਾਨੀ ਧੀ ਮੂਹਰੇ ਕੀ ਬੋਲਾਂ ਕੰਜਰ ਨੇ ਬੋਲਣ ਜੋਗੀ ਨਹੀਂ ਛੱਡੀ ਨਸ਼ੇ ਪੱਤਿਆਂ ਨਾਲ ਖਾਨੀ ਕੀ ਤਾਂ ਕਰਦਾ ਕੀ ਨਹੀਂ ਕਰਦਾ ਬਾਹਰ ਨਿਕਲ ਜਾਂਦਾ ਅੱਟੇ ਵੱਟਿਆਂ ਨੇ ਮਾਰ ਲਈ ਮੈਂ ਤਾਂ ਇਹਨਾਂ ਨੇ ਵੀ ਤੂੰ ਤੀਵੀਆਂ ਤੋਂ ਨਸ਼ੇ ਲੈਣ ਜਾਂਦਾ ਤੈਨੂੰ ਕੀ ਲੋੜ ਹੈ ਹੈਂ ਜਦੋਂ ਕੋਈ ਬੰਦਾ ਆਜੂ ਉਦੋਂ ਲੈ ਲਈ ਕੀ ਤੇਰੀ ਜਾਨ ਨਿਕਲਦੀ ਹੈ ਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰਕੇ ਨਹੀਂ ਆ ਜਾ ਤੈਨੂੰ ਮੇਰੇ ਦਰਸ਼ਨ ਹੁਣ ਹੋਏ ਨੇ ਬਹਿ ਜਾ ਉਰੇ ਬੇਬੇ ਤੇਰੇ ਕਾਹਨੂੰ ਕਹਿਣਾ ਮੈਂ ਹੋਰ ਕੀਦੇ ਮੈਂ ਤਾਂ ਉਂ ਗੀਤ ਗਾਵਾਂ ਦੀਗਾ ਗੀਤ ਗਾਉਣ ਜੋਗ ਰਹੀ ਮੈਂ ਹੋਰ ਤੈਨੂੰ ਕੋਈ ਕੰਮ ਨਹੀਂ ਰਿਹਾ ਗੀਤ ਗੀਤ ਪੱਲੇ ਰਹਿ ਗਏ ਤੇਰੇ ਹੋਰ ਕੱਖ ਨਹੀਂ ਕੀ ਹੋ ਗਿਆ ਲਾਲਚ ਕਰਖਿਆ ਸੂਈ ਸੂਈ ਦਾ ਲਾਲ ਆਪੇ ਹੋਊਗੀ ਆ ਦੇਖ ਲੈ ਹੁਣ ਆ ਕੇ ਬੈਠੀ ਤੀ ਚਾਹ ਨਹੀਂ ਪਾਣੀ ਨਹੀਂ ਮੈਨੂੰ ਪੁੱਛਿਆ ਹੈਂ ਵੀ ਤੈਨੂੰ ਚਾਹ ਪਾਣੀ ਕਰਕੇ ਦੇਵਾਂ ਲੈ ਸੋ ਕੁਛ ਮੈਨੂੰ ਬੋਲੀ ਕਿਹੜੇ ਤੂੰ ਮੈਨੂੰ ਦੱਸ ਤੂੰ ਤੇਰੇ ਪੁੱਤ ਨੂੰ ਨਹੀਂ ਰੋਕਦੀ ਤੇਰੇ ਪੁੱਤ ਦੇ ਲਾਂਬੇ ਆਉਂਦੇ ਨੇ ਉਹ ਤੀਵੀਆਂ ਨੂੰ ਛੇੜਦਾ ਕਦੇ ਕੁਛ ਕਹਿੰਦਾ ਕਦੇ ਕੁਛ ਕੀ ਗੱਲ ਓਏ ਬੇਬੇ ਉਹਦਾ ਦਿਮਾਗ ਹੈ ਨਹੀਂ ਸੈਂਟਰ 'ਚ ਉਹਦਾ ਹੱਲ ਰਹੀ ਹੈਗੀ ਮੈਨੂੰ ਐ ਲੱਗਦਾ ਤਨੌਲੇ ਵੀ ਬਿਜਲੀਆਂ ਲਵਾਉਣੇ ਪੈਣਗੇ ਆਪਾਂ ਉਹਦਾ ਖਰਚ ਆ ਗਿਆ ਕਿ ਕਣਕ ਵੱਢ ਕੇ ਉਹਦਾ ਸਾਰਾ ਦਿਨ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਰਹਿੰਦੀ ਹੈਗੀ ਬੇ ਲੈ ਜਾਵਾਂ ਤਾਂ ਕਹਿੰਦੇ ਤਨੌਲੇ ਲੈ ਹੈ ਮੈਨੂੰ ਐ ਲੱਗਦਾ ਕੀਲੇ ਦੀ ਕਣਕ ਕਿਸੇ ਤੇ ਲਾਉਣੀ ਪਊਗੀ ਫਿਰ ਲਾਉਣੀ ਪਊਗੀ ਜਦੋਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਆਏ ਮੈਂ ਨਸ਼ਮ ਕਰਦੇ ਨਾ ਕਦੇ ਪਿੱਛੇ ਨਾ ਮੇਰੇ ਪੁੱਤ ਨੂੰ ਤਾਂ ਲੰਬਾ ਹੀ ਨਹੀਂ ਲੱਗਿਆ ਮੈਂ ਫੈਂਟ ਦੂੰ ਕਦੇ ਇਹਨੂੰ ਮੈਂ ਗੱਲ ਚ ਕੀ ਹੋ ਗਈ ਨਾ ਕੁਝ ਨਹੀਂ ਹੋਇਆ ਉਹਦਾ ਅਸੀਂ ਉਹ ਗੱਲ ਕਰਦੇ ਦੇਸ ਤਾਂ ਕਬੀਲਦਾਰੀ ਦੀ ਲਾਈਟ ਹਲ ਰਹੀ ਆ ਲਾਈਟ ਆਪਣੀ ਖੇਤ ਵਾਲੀ ਲਾਈਟ ਨੀ ਆਈ ਹੈਗੀ ਹੁਣ ਤਾਂ ਮੋਟਰ ਚੱਲਣ ਲੱਗ ਰਹੀ ਸੀ ਮੈਂ ਦੇਖੀ ਕੋਠੇ ਤੇ ਚੜ ਕੇ ਨਾ ਬੇਬੇ ਕਹਿੰਦੀ ਤੂੰ ਮੈਨੂੰ ਆਉਣ ਸਾਰ ਲਾਂਬਿਆਂ ਨਾਲ ਚੁਲੀ ਪਰਤੀ ਹੈ ਆਏ ਬੰਦੇ ਨੂੰ ਚਾਹ ਪਾਣੀ ਫੜਾਈਦਾ ਹੁੰਦਾ ਗੱਲ ਨਾ 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 ਚਾਹ ਪਾਣੀ ਇਹਨੂੰ ਪਤਾ ਹੀ ਨਹੀਂ ਵੀ ਕਿਸ ਨੂੰ ਦਿਆ ਕਰਦੇ ਨੇ ਕਾਹਨੂੰ ਲੈ ਕੇ ਆਇਆ ਪਹਿਲਾਂ ਤੇਰੇ ਸਾਹਮਣੇ ਹੁਣ ਤਾਂ ਗਲਾਸ ਚ ਚਾਹ ਲੈ ਕੇ ਹੁਣ ਕਹਿ ਕੇ ਮੰਗਾਈ ਹੈ ਕਹਿ ਕੇ ਨਾ ਪਹਿਲਾਂ ਇਹਨੂੰ ਲਾਂਬੇ ਦੇਣ ਲੱਗ ਗਈ ਸ਼ਿਕਾਇਤਾਂ ਲਾਉਣ ਲੱਗ ਗਈ ਦੱਸ ਸ਼ਿਕਾਇਤ ਕੇਂਦਰ ਹੈ ਕਿਤੇ ਭਲਾ ਨਾ ਹੋਰ ਕੀ ਕਰਾਂ ਫਿਰ ਜਿਹੇ ਤੇਰੇ ਲੱਛਣ ਨੇ ਹੋਰ ਸ਼ਿਕਾਇਤ ਕੀ ਜੇ ਲਵੇ ਲਾਵਾਂ ਜੇ ਤੇਰੀ ਮਾਂ ਲਵੇ ਨਾ ਲਾਵਾਂ ਨੀ ਲੱਛਣਾ ਨੂੰ ਮੈਂ ਕੀ ਨਿਕਲਿਆ ਫਿਰਦਾ ਹਾਂ ਦੇਖ ਲੈ ਨਿਕਲਿਆ ਫਿਰਦਾ ਮੈਂ ਲੱਛਣਾ ਨੂੰ ਚੱਜ ਕਰਦੀ ਮੇਰੇ ਕੁੜੀ ਹੁੰਦੀ ਪਰੇ ਨਿਕਲ ਕੇ ਭੱਗ ਜਾਂਦਾ ਸਿਆਪਾ ਮੁਕਦਾ ਆਹੋ ਹੋ ਬੇਬੇ ਇਹਨੂੰ ਪੁੱਛ ਲਾਂਬੇ ਆਏ ਨੇ ਕਿ ਨਾ ਆਏ ਨੇ ਘਰੇ ਲਾਂਬੇ ਆਏ ਨੇ ਨਾਲੇ ਹੋਰ ਆਏ ਨੇਗੇ ਨੀ ਤੂੰ ਬਹਿ ਆ ਵੱਡੀ ਮੈਡਮ ਬਣੀ ਫਿਰਦੀਆਂ ਕੇਰਾ ਚੀ ਕਹੋਨੇ ਤੂੰ ਆਪਦੇ ਆਪ ਨੂੰ 16 ਸਾਲ ਦੀ ਕੁੜੀ ਹਾਂ ਦੇਖ ਲੈ ਤਾਂ ਫੇਰ ਤੂੰ ਕਹਾ ਲੈ ਜਾਣਦਾ ਮੈਂ ਤੈਨੂੰ ਜਾਣਦਾਗਾ ਨਲੀ ਤੇ ਤੇਰੇ ਵਿਆਹ ਤੋਂ ਬਾਅਦ ਉਹਨੂੰ ਹੱਟੀ ਆਗੀ ਹੋਰ ਤੂੰ ਸਾਫ ਕਰਦਾ ਹੁੰਦਾ ਤੇਰੇ ਮਾਲ ਨਾਲ ਨਾ ਐਂ ਲਾ ਦਿੰਦੀ ਤੀ ਮੈਂ ਵੀ ਕਿਹਾ ਸਵਰੀਆ ਰਹੇ ਮੈਂ ਮੇਰੇ ਪੁੱਤ ਨੇ ਤਾਂ ਜਿਹੜਾ ਕੂੰਗੀ ਲਾਂਬਾ ਖੱਟਿਆ ਜਵਾਨੀ ਪੈ ਗਈ ਨਹੀਂ ਖੱਟਿਆ ਹੁਣ ਤੇਰੇ ਵਾਲੀ ਤੋਂ ਕੀ ਲਾਂਬੇ ਖੱਟੂਗਾ ਅੱਛਾ ਅੱਜ ਕਮਾਲ ਕਰ ਗਿਆ ਮੰਨਦੀ ਆ ਤੂੰ ਵੀ ਮੇਰਾ ਪੁੱਤ ਹੁਣ ਬੁੜਾ ਹੋ ਗਿਆ ਇਹ ਤਾਂ ਆਪਣਾ 16 ਸਾਲ ਦਾ ਕਹਿੰਦਾ ਬੁੜਾ ਕਿਉਂ ਹੋ ਗਿਆ ਬੁੜਾ ਕਿਉਂ ਹੋ ਗਿਆ ਇਹ ਤਾਂ ਉਹ ਨਿਆਣ ਮੱਤ ਦੀਆਂ ਗੱਲਾਂ ਕਰਦੀ ਆ ਵੀ ਬੁੜਾ ਕਿਉਂ ਹੋ ਗਿਆ ਪਤਾ ਹੈ ਵੀ ਹਾਂ ਉਮਰ ਦੇ ਹਾਂ ਦੀ ਚਾਹ ਹੁਣ ਮਾਰਾ ਮੋੜਾ ਤਾਂ ਫਰਕ ਪੈਂਦਾ ਹੀ ਆ ਵਿਆਹ ਕਰਾ ਕੇ ਬੰਦੇ ਨੂੰ ਇਹਨੂੰ ਕਮੀਨਦਾਰ ਹੋ ਗਿਆ ਅੱਲਾ ਸਿਆਰੀ ਦੇਈ ਜਾਈ ਹਟਾਈ ਨਾ ਇਹਨੂੰ ਵੀ ਭਾਈ ਮਾੜੇ ਕੰਮ ਨਾ ਕਰਿਆ ਕਰ ਲੈ ਮਾੜੇ ਕੰਮ ਕੌਣ ਕਦੋਂ ਕਰਦਾ ਇਹ ਮੈਨੂੰ ਆ ਕੇ ਦੱਸੇ ਕੋਈ ਹਾਂ ਤੈਨੂੰ ਦੱਸਣਾ ਹੁੰਦੀ ਆ ਨਾ ਕੀ ਨਾ ਕੋਈ ਨਾ ਜਦੋਂ ਜਮਾ ਵਿਗੜ ਗਿਆ ਨਾ ਫਿਰ ਅੱਖਾਂ ਚ ਕੁਸੂਰ ਦੇ ਦੇ ਰੋਈ ਨਾ ਬੇਬੇ ਦੀ ਬਲੱਡ ਦੀ ਗੋਲੀ ਚੱਲਦੀ ਹੈਗੀ ਇਹਦਾ ਊਰੀ ਨਾ ਉਰੇ ਕਰਦੀ ਕਿਤੇ ਇਹਨੂੰ ਕਿਵੇਂ ਕਰਾਇ ਇਹ ਤਾਂ ਜਾਣ ਜਾਣ ਮੇਰੇ ਬਲੱਡ ਪਰ ਹੁੰਦੀ ਹੈ ਜਾਣ ਜਾਣ ਇਹਨੂੰ ਤਾਂ ਇਹ ਜ਼ਮੀਨ ਸਾਹਮਣ ਨੂੰ ਫਿਰਦੀ ਆ ਮੇਰਾ ਕੰਮ ਚ ਹੋ ਜੇ ਘਰ ਤੇ ਕੁੰਜੀ ਆ ਜਾਣ ਮੇਰੇ ਲਵੇ ਵੀ ਛੇਤੀ ਨਾ ਭਾਲਦੀ ਹੈਗੀ ਇਹ ਬੁੜੀ ਨੂੰ ਮਾਰ ਦਿਆ ਕੁੰਜੀਆਂ ਨੂੰ ਹੈਗਾ ਕੀ ਹੈ ਤੇਰੇ ਲਵੇ ਕਬੀਲਦਾਰ ਤਾਂ ਸਾਰੀ ਬੇਬੇ ਲਵੇ ਆ ਤੇਰੇ ਲਵੇ ਕੀ ਹੈ ਕਾਹੀ ਕੁੰਜੀਆਂ ਭਾਲਦੀਆਂ ਵੀ ਜੇ ਮਰ ਗਈ ਕੁੰਜੀਆਂ ਮਿਲ ਜਾਣਗੀਆਂ ਮੈਨੂੰ ਤਾਂ ਮੈਂ
बेबे तेरी लिहाज कर गया मैं तेरे मुंह चुप्पा नहीं आने का मैं हूं दे दखू जाने मैं बेबस कर जा मैं जान दिया बड़े नाबरू तेन जो आ जाती है मूहे से म्यू म्यू कर लग जाना तो कुछ नहीं बनता मैं तेन सब कुछ जानी चुप कर जा मेरे मुहे फुकरिया ना मारा कर कानून बनता मैं कह देना भी चल कानून घरे कलेस करना गा नाले थोड़ा जा मैं भी ढिली मठी जा होने दिमाग से लोड़ जा पै रहा है भी एवं गह बढ़ जाना बाधा ना बजे नहीं मैं हूं इन मिनट च संवार दिता मैं बस कर जा अगे तो बहुत बारी संवारती मैं तेन बहुत फरमाइशा लाती बहुत कुछ कहता पर इतों तक कख नहीं बनिया ना तो इतों बनी अगर मेरे मुंह से मेरिया ओदे मुंह से ओदिया तू बेबे तेन एक गल कह घट तू भी नहीं है तू भी साढ़े दो आई लड़ाई पवा की राजी है उंगला लाई हले कहनी मैं फरमाइशा पा पा थक गई कहीं कुछ बने नहीं भाल दी है भी अड बढ़ाइया कर दे एक दूजे का नहीं मैं नहीं करती तेरा वड बढ़ाइया वड बढ़ाइया तेरा उही करू जो लोगों के लांबे आने मेरे होंगे तो कोई लांबा आया नहीं मैं तेन छुड़ा दूंगी सारा कोटा जी पूरा कर फिर चार दिन नानके लाके आई कोटा पूरा मेनू करनी दिंदे तुसीं बंज खड़ा कर देना जदों मैं आउंदी हां लड़ाई वाला कोटा पूरा कर दे तू जिहड़ा चार दिन उत्थे सुक्के लंघे भी अज कोटा पूरा कर ला के सारी लेट कढ़दा मैं बेबे फिर अज क्यों है सुई लाल च करखी है तेने आ गई पेकिया तो आहो आ गई कानून फोन करके बराली भी काम नहीं हुंदा मेथो की गल कम तो करना ही है तू क्यों बाल्टी ते तेल पाउंदा फिरदा रहना है ते की लैना मेरे कम्मा तो मैं आहो सारा दिन तो बेली बैठी रही है काम नहीं करती वास्ता नहीं करती तेरे गोडे घस गए है काम कर दी रे गोडे तेरे अद्धे हो गए लत्ता तेरी अद्धिया हो गई तेन मेरे गोडे की सोच है फिर मैं दस बे हूं जो मैं बग जानी हाँ मेरे मगरों लांबा कदों दे देना हूं जो मैं आनी हाँ लांबा मैं तुर दे आया करगा मेरी सारी बहू कहने की लोड़ है ना मेरी गल सुन लांबा कदा हो गल है सच्ची गल है जे छेड़ता तेरा मुंडा तीवे ताही लांबे आ मैं दस सकता मैं दस जी गल है तू ओ को जाके स्यापा पा देना जान साडे घरे केस करा देना तेन मिलता की है मिलता तो की है पर भाई सच मूह चो रहा नहीं जाता है तेरा मुंडा झूठा गा तू हूं ता भड़क दी है अच्छे सच तो तेरे को आ गया होर दुनिया सारी झूठी तुरी फिर बे ये कोई सच्ची या झूठी गल दसनी होंगी है पटमेरी पैण मैनू दस दया कर जी गल होंगी है तेन पता तो है बहुत अग अग का कूचा है सर दिन लड़ाई भाड़ी रही है ना करेस करती है मेरी गल सुन ला बेबे है जे हो ना तीविया छेड़े मैं कहू लांबे लेके आवा बे ओहो बे मेरी गल सुन लेड़ी बैठी वाले लोग भट्ठी च पैने मेरे पुत ने गल्ला बनाते ने घर ओ चंगी भली तीवी है वह किसी तीविया की कह मेरे पुत्र तुम तो लाने ने मेरे हुंदे ला के देखा होना बचारो ना पार दिया मेरे सुकड़ा तीवियों बंद आहो इतना मुंडा झूठा महा चल ठीक है मैं जाना है समझा दी समझा हो जा ना छेड़े तीवियों कानू लांबे आने मेरे यार चुप करके बह जा मेरे को तीवियों का नाना नहीं चंगी भाई वो घरे तीवी है लक्षण कर दिया जिको साढ़े घरे लड़ाई पवाण हद हो रही तेरे वाली ये आपदा ही माड़ा है किसी नूं की कह जे आपदा चजदा होवे कानू लांबे लवे है दस पता नहीं भुक्की पिछे जांदा है पता नहीं की काम नूं जांदा है लोग जरकदे ने कहिंदे ने तीवियां छेड़दा दस उहदे घरे तीवी नहीं हैगी है वग जांदा हुण नशे पत्ते नूं ओही नूं पुत्तियां तीवियां गल्लां जोड़ लैंदियां ने मेरे पुत्त दीआं तां मैं की इलाज करां इसे पासे जिउण नहीं मैनूं जिंदियां हैगियां चल बे मना